أعوذ بالله من الشيطان الرجيم. بسم الله الرحمن الرحيم. سوئے تارے دی جڑ ڈب پئے راؤں نہیں پلا صاحب تواڈا تے نہ پٹکیا ہے تے نہیں بولدا اپنے جی دی چاہ نال نہیں اے قرآن پر اوہ بھئی جو اتر دیئے آیا انہوں زبردست قبطہ تے حکمت والے نے پھر سامنے ہو کھلوتا ਜਦੋਂ ਅਸੀਂ ਉੱਚੇ ਕਿਨਾਰੇ ਤੇ ਆਸਮਾਨ ਦੇ ਫਿਰ ਨੇੜੇ ਹੋਇਆ ਫਿਰ ਲਮਕ ਆਇਆ ਫਿਰ ਰਹਿ ਗਿਆ ਫਰਕ ਦੋ ਕਮਾਨ ਦੇ ਬਰਾਬਰ ਜਾਂ ਉਦੋਂ ਵੀ ਨੇੜੇ ਫਿਰ ਪੈਗਾਮ ਪਹੁੰਚਾਇਆ ਅੱਲਾ ਦੇ ਬੰਦੇ ਵੱਲ ਜੋ ਕੁਝ ਪਹੁੰਚਾਉਣਾ ਸੀ ਝੂਠ ਨਹੀਂ ਉਸ ਵਿੱਚ ਮਿਲਾਇਆ ਦਿਲ ਨੇ ਜੋ ਵੇਖਿਆ ਕਿਉਂ ਫਿਰ ਤੁਸੀਂ ਝਗੜਦੇ ਹੋ ਉਸ ਨਾਲ ਉਸ ਉੱਤੋਂ ਜੋ ਵੇਖਿਓ ਸੂ ਅੱਖਾਂ ਨਾਲ ਉਸ ਨੂੰ ਇੱਕ ਵਾਰੀ ਹੋਰ ਤੇ ਜ਼ਰੂਰ ਵੇਖਿਆ ਸੂ ਪਰਲੇ ਸਿਰੇ ਦੀ ਬੇਰੀ ਦੇ ਦਰਖਤ ਕੋਲ ਹੈ ਉਸ ਦੇ ਕੋਲ ਕਰਕੇ ਬਹਿਸ਼ਤ ਰਹਿਣੇ ਦਾ ਜਦ ਟੱਕ ਰਿਹਾ ਸੀ ਬੇਰੀ ਨੂੰ ਜੋ ਕੁਛ ਵੀ ਟੱਕਦਾ ਸੀ ਪਾਉ ਨਹੀਂ ਗਈ ਨਜ਼ਰ ਤੇ ਨਾ ਅਗਾਂ ਲੰਘ ਗਈ ਜ਼ਰੂਰ ਉਨ ਵੇਖੀਆਂ ਆਪਣੇ ਰੱਬ ਦੀਆਂ ਬੜੀਆਂ ਬੜੀਆਂ ਨਿਸ਼ਾਨੀਆਂ ਲਾ ਫਿਰ ਕਦੀ ਵੇਖੀ ਜੇ ਲਾਤ ਤੇ ਉੱਜ਼ਾ ਤੇ ਤੀਜੀ ਦੇਵੀ ਮਨਾਤ ਦੀ ਹਕੀਕਤ ਇਹ ਤਰੇਵੇ ਬੁੱਤਾਂ ਦੇ ਨਾਮ ਨੇ ਬੇਈਮਾਨ ਆਖਦੇ ਸਨ ਜਿਨ੍ਹਾਂ ਦੀ ਸ਼ਕਲ ਦੇ ਇਹ ਬੁੱਤ ਨੇ ਉਹ ਖੁਦਾ ਦੀਆਂ ਧੀਆਂ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੀਆਂ ਧੀਆਂ ਸਨ ਭਲਾ ਤੁਸਾਂ ਲਈ ਪੁੱਤਰ ਨੇ ਤੇ ਉਹਦੇ ਲਈ ਧੀਆਂ ਨੇ ਇਹ ਹੈ ਤੁਹਾਡੀ ਵੰਡ ਧੱਕੇ ਦੀ ਨਹੀਂ ਹੈ ਸਭ ਪਰ ਨਿਰੇ ਨਾਮ ਜੋ ਰੱਖਦੇ ਨੇ ਤੁਸਾਂ ਤੇ ਤੁਸਾਂ ਦੇ ਪਿਓ ਦਾਦਿਆਂ ਨੇ ਨਹੀਂ ਉਤਾਰੀ ਅੱਲਾ ਨੇ ਇਹਨਾਂ ਦੀ ਕੋਈ ਦਲੀਲ ਨਹੀਂ ਤੁਰਦੇ ਨੇ ਲੋਕ ਪਰ ਅਟਕਲ ਉੱਤੇ ਤੇ ਉਸ ਉੱਤੇ ਜੋ ਚਾਹੁੰਦੇ ਨੇ ਜੀ ਹਾਲਾਂਕਿ ਆ ਚੁੱਕੀ ਏ ਉਹਨਾਂ ਕੋਲ ਉਹਨਾਂ ਦੇ ਰੱਬ ਵੱਲੋਂ ਰਾਹ ਦੀ ਖਬਰ ਆਦਮੀ ਨੂੰ ਮਿਲਦਾ ਹੈ ਜੋ ਉਹ ਚਾਹੇ ਉਹ ਅੱਲਾ ਹੀ ਦੇ ਹੱਥ ਆਖਰਤ ਤੇ ਦੁਨੀਆ ਤੇ ਬਤੇਰੇ ਫਰਿਸ਼ਤੇ ਨੇ ਆਸਮਾਨਾਂ ਵਿੱਚ ਕਿਸੇ ਕੰਮ ਨਹੀਂ ਆਉਂਦੀ ਸ਼ਫਾਅਤ ਉਹਨਾਂ ਦੀ ਪਰ ਪਿੱਛੇ ਇਸ ਦੇ ਜੋ ਹੁਕਮ ਦੇ ਅੱਲਾ ਜਿਹਦੇ ਲਈ ਚਾਹੇ ਤੇ ਪਸੰਦ ਕਰੇ ਜਿਹੜੇ ਨਹੀਂ ਮੰਨਦੇ ਆਖਰਤ ਨੂੰ ਜ਼ਰੂਰ ਉਹ ਨਾਮ ਰੱਖਦੇ ਨੇ ਫਰਿਸ਼ਤਿਆਂ ਦਾ ਜ਼ਨਾਨਾ ਦੇਵੀਆਂ ਦਾ ਨਾਮ ਤੇ ਨਹੀਂ ਉਹਨਾਂ ਨੂੰ ਇਸ ਦੀ ਕੁਝ ਖਬਰ ਨਹੀਂ ਤੁਰਦੇ ਨੇ ਉਹ ਪਰ ਅਟਕਲ ਉੱਤੇ ਤੇ ਅਟਕਲ ਜ਼ਰੂਰ ਕਿਸੇ ਕੰਮ ਨਹੀਂ ਆਉਂਦੀ ਸਹੀ ਗੱਲ ਲੱਭਣ ਦੇ ਹਬੀਬ ਸੁਹਾਟਾ ਉਸ ਤੋਂ ਜਿਨ ਮੂੰਹ ਮੋੜਿਆ ਸਾਡੀ ਯਾਦ ਤੋਂ ਤੇ ਕੁਝ ਨਾ ਚਾਹਿਆ ਪਰ ਦੁਨੀਆਂ ਦਾ ਜਿਉਣਾ ਇੱਥੋਂ ਹੀ ਤੀਕ ਪਹੁੰਚੀ ਹੈ ਉਹਨਾਂ ਦੀ ਸਮਝ ਵੀ ਜ਼ਰੂਰ ਤੇਰੇ ਰੱਬ ਨੂੰ ਬਿਹਤਰ ਮਲੂਮ ਹੈ ਜਿਹੜਾ ਭੁੱਲਾ ਉਹ ਦੇ ਰਹਾ ਤੇ ਉਸੇ ਨੂੰ ਬਿਹਤਰ ਮਲੂਮ ਹੈ ਜਿਹੜਾ ਰਾਹ ਪਿਆ ਤੇ ਅੱਲਾ ਹੀ ਦਾ ਹੈ ਜੋ ਕੁਝ ਆਸਮਾਨਾਂ ਵਿੱਚ ਤੇ ਜੋ ਜ਼ਮੀਨ ਵਿੱਚ ਤਾਂ ਬਦਲਾ ਦੇ ਬੁਰਿਆਈ ਕਰਨ ਵਾਲਿਆਂ ਨੂੰ ਉਹਨਾਂ ਦੇ ਕੀਤੇ ਦਾ ਤੇ ਬਦਲਾ ਦੇ ਨੇਕੀ ਕਰਨ ਵਾਲਿਆਂ ਨੂੰ ਸੋਹਣੀ ਤਰ੍ਹਾਂ ਨਾਲ ਤੇ ਜਿਹੜੇ ਬਚਦੇ ਨੇ ਬੜੇ ਬੜੇ ਗੁਨਾਹਾਂ ਤੋਂ ਤੇ ਬੇਹਯਾਈ ਦੇ ਕੰਮਾਂ ਤੋਂ ਪਰ ਇਹ ਜੇ ਕੁਝ ਕਸੂਰ ਹੋ ਜਾਏ ਜ਼ਰੂਰ ਤੇਰੇ ਰੱਬ ਦੀ ਬਖਸ਼ਿਸ਼ ਖੁੱਲੀ ਹੈ ਉਹ ਖੂਬ ਜਾਣਦਾ ਤੁਹਾਨੂੰ ਜਦ ਪੈਦਾ ਕੀਤਾ ਸੀ ਤੁਹਾਨੂੰ ਜ਼ਮੀਨ ਥੀ ਤੇ ਜਦ ਤੁਸੀਂ ਬੱਚੇ ਸੋ ਆਪਣੀ ਮਾਵਾਂ ਦੇ ਢਿੱਡਾਂ ਵਿੱਚ ਸੋ ਸਫਾਈਆਂ ਨਾ ਬਿਆਨ ਕਰੋ ਆਪਣੀਆਂ ਉਸ ਨੂੰ ਖੂਬ ਜਾਣਦਾ ਹੈ ਜਿਹੜਾ ਬਚ ਕੇ ਤੁਰਿਆ ਹਬੀਬ ਭਲਾ ਫਿਰ ਡਿੱਠਾ ਹੀ ਜਿਨ ਮੂੰਹ ਮੋੜਿਆ ਤੇ ਦਿੱਤਾ ਥੋੜ੍ਹਾ ਜਿਹਾ ਤੇ ਫਿਰ ਬੰਦ ਕਰ ਦਿੱਤਾ ਭਲਾ ਉਹਦੇ ਕੋਲ ਇਲਮ ਗੈਬ ਦਾ ਜੇ ਉਹ ਵੇਖ ਲੈਂਦਾ ਹਕੀਕਤ ਨੂੰ ਭਲਾ ਉਹਨੂੰ ਖਬਰ ਨਹੀਂ ਪਹੁੰਚੀ ਉਸ ਦੀ ਜੋ ਮੂਸਾ ਦੇ ਵਰਕਿਆਂ ਵਿੱਚ ਹੈ ਤੇ ਇਬਰਾਹੀਮ ਦੇ ਜਿਨ ਵਫਾ ਦਾ ਪੂਰਾ ਹੱਕ ਉਤਾਰਿਆ ਇਹ ਜੋ ਨਹੀਂ ਚੁੱਕਦਾ ਕੋਈ ਭਾਰ ਚੁੱਕਣ ਵਾਲਾ ਭਾਰ ਦੂਜੇ ਦਾ ਇਹ ਜੋ ਨਹੀਂ ਮਿਲਦਾ ਆਦਮੀ ਨੂੰ ਪਰ ਉਸ ਜੋ ਆਪ ਕਮਾਇਆ ਤੇ ਇਹ ਜੋ ਕਮਾਈ ਉਹਦੀ ਅੱਗੋਂ ਵੇਖੀ ਜਾਏਗੀ ਫਿਰ ਬਦਲਾ ਪਾਏਗਾ ਉਸ ਦਾ ਪੂਰਾ ਬਦਲਾ ਤੇ ਇਹ ਜੋ ਤੇਰੇ ਰੱਬ ਤੀ ਕੇ ਪਹੁੰਚਣਾ ਆਖਿਰ ਤੇ ਇਹ ਜੋ ਉਸੇ ਹੀ ਨੇ ਹਸਾਇਆ ਤੇ ਰਵਾਇਆ ਤੇ ਇਹ ਜੋ ਉਸੇ ਹੀ ਨੇ ਮਾਰਿਆ ਤੇ ਜਵਾਇਆ ਤੇ ਇਹ ਜੋ ਉਸੇ ਨੇ ਬਣਾਇਆ ਜੋੜਾ ਨਰ ਤੇ ਮਾਦਾ ਇੱਕ ਬੂੰਦ ਤੋਂ ਜਦ ਚੋ ਪਈ ਤੇ ਇਹ ਜੋ ਉਹਦੇ ਜ਼ਿੰਮੇ ਹੈ ਦੂਜੀ ਵਾਰੀ ਪੈਦਾ ਕਰਨਾ ਤੇ ਇਹ ਜੋ ਉਸੇ ਨੇ ਦੌਲਤ ਦਿੱਤੀ ਤੇ ਪੂੰਜੀ ਬਖਸ਼ੀ ਤੇ ਇਹ ਜੋ ਉਹ ਹੀ ਹੈ ਰੱਬ ਸ਼ੇਰਾ ਦਾ ਤੇ ਇਹ ਜੋ ਉਸੇ ਨੇ ਫਨਾ ਕੀਤਾ ਅਗਲੇ ਆਦ ਨੂੰ ਤੇ ਸਮੂਦ ਨੂੰ ਮੁਕੰਮਲ ਤੇ ਫਿਰ ਉਹਨਾਂ ਵਿੱਚੋਂ ਕਿਸੇ ਨੂੰ ਵੀ ਬਾਕੀ ਨਾ ਰੱਖਿਆ ਤੇ ਨੂਹ ਦੀ ਕੌਮ ਨੂੰ ਵੀ ਤਬਾਹ ਕੀਤਾ ਇਦੋਂ ਪਹਿਲੇ ਜ਼ਰੂਰ ਉਹ ਸਨ ਬੜੇ ਜ਼ਾਲਿਮ ਤੇ ਬੜੇ ਫਿੱਟੇ ਹੋਏ ਤੇ ਪੁੱਠੀਆਂ ਬਸਤੀਆਂ ਨੂੰ ਚੁੱਕ ਕੇ ਮਾਰਿਆ ਫਿਰ ਟੱਕ ਲਿਆ ਉਹਨਾਂ ਨੂੰ ਜਿਸ ਕਾਸੇ ਨੇ ਟੱਕ ਲਿਆ ਪੁੱਠੀਆਂ ਬਸਤੀਆਂ ਤੋਂ ਮੁਰਾਦ ਲੂਤ ਦੀਆਂ ਬਸਤੀਆਂ ਨੇ ਫਿਰ ਆਪਣੇ ਰੱਬ ਦੀਆਂ ਨੇਮਤਾਂ ਵਿੱਚੋਂ ਕਿਸ ਕਿਸ ਵਿੱਚ ਤੁਸੀਂ ਸ਼ੱਕ ਕਰੋਗੇ ਇਹ ਪੈਗੰਬਰ ਵੀ ਇੱਕ ਡਰਾਉਣ ਵਾਲਾ ਹੈ ਪਹਿਲੇ ਡਰਾਉਣ ਵਾਲਿਆਂ ਦੇ ਵਾਂਗੂ ਨੇੜੇ ਆ ਗਈ ਏ ਨੇੜੇ ਆਉਣ ਵਾਲੀ ਘੜੀ ਕੋਈ ਨਹੀਂ ਉਸ ਨੂੰ ਸਵਾਹ ਅੱਲਾ ਦੇ ਜ਼ਾਹਿਰ ਕਰਨ ਵਾਲਾ
ਕਿਉਂ ਫਿਰ ਇਸ ਗੱਲੋਂ ਹੱਕੇ ਬੱਕੇ ਰਹਿ ਜਾਂਦੇ ਹੋ, ਹੱਸਦੇ ਹੋ ਤੇ ਰੋਂਦੇ ਨਹੀਂ ਹੋ? ਤੁਸੀਂ ਖੇਡਾਂ ਖੇਡਦੇ ਹੋ? ਸੋ ਮੱਥਾ ਟੇਕੋ ਅੱਲਾ ਨੂੰ ਤੇ ਪੂਜੋ।